ਹਲਕਾ ਗੁਰਦਾਸਪੁਰ ਦੇ ਬੀਜੇਪੀ ਅਕਾਲੀ ਦਲ ਦੇ ਐਮਪੀ ਜਿਹੜੇ ਨੇ ਉਹ ਸਨੀ ਦਿਓਲ ਇਸ ਲਈ ਪਹੁੰਚ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਕਿ ਮੀਡੀਆ ਦਾ ਔਰ ਲੋਕਾਂ ਦਾ ਬੜਾ ਵੱਡਾ ਇਕੱਠ ਹੈ, ਜ਼ੂਮ ਹੋ ਚੁੱਕਿਆ। ਸਨੀ ਦਿਓਲ ਇਸ ਲਈ ਸਿਵਲ ਹਸਪੀਟਲ ਬਟਾਲਾ ਪਹੁੰਚ ਚੁੱਕੇ ਨੇ। ਉਹ ਲੋਕਾਂ ਦਾ ਹਾਲ ਚਾਲ ਜਾਣਨ ਇੱਥੇ ਪਹੁੰਚੇ ਨੇ। ਜਿਹੜੇ ਮਰੀਜ਼ਾਂ ਦੇ ਪਰਿਜਨ ਨੇ, ਮਰੀਜ਼ ਨੇ ਜਿਹੜੇ ਪੇਸ਼ੈਂਟ ਨੇ ਇੱਥੇ, ਉਹਨਾਂ ਦਾ ਪਤਾ ਲੈਣ ਆਏ ਨੇ। ਅਤੇ ਸਾਰੇ ਮੰਤਰੀ, ਚਾਹੇ ਉਹ MLA MP ਜਿਹੜੇ ਵੀ ਨੇ, ਉਹ ਆਪਣੀ ਡਿਊਟੀ ਨਿਭਾ ਰਹੇ ਨੇ ਔਰ ਇੱਥੇ ਆ ਰਹੇ ਨੇ। ਔਰ ਵੱਡੀ ਖਬਰ ਇਸ ਲਈ, ਸਨੀ ਦਿਓਲ ਗੁਰਦਾਸਪੁਰ ਦੇ MP, ਹਲਕਾ ਗੁਰਦਾਸਪੁਰ ਦੇ MP ਇਸ ਲਈ ਸਿਵਲ ਹਸਪੀਟਲ ਬਟਾਲਾ ਪਹੁੰਚ ਚੁੱਕੇ ਨੇ ਪੇਸ਼ੈਂਟਸ ਦਾ ਜਿਹੜਾ ਹਾਲ ਉਹ ਜਾਣਨ ਲਈ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਨੇ, ਮੀਡੀਆ ਦਾ ਹਜ਼ੂਮ ਹੈ। ਔਰ ਜ਼ਿਕਰਯੋਗ ਗੱਲ ਹੈ ਕਿ ਇੱਥੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਲੈਣਗੇ, ਸਥਿਤੀ ਦਾ ਜਿਹੜਾ ਉਹ ਜਾਇਜ਼ਾ ਲੈਣਗੇ, ਉਸ ਤੋਂ ਬਾਅਦ ਉਹ ਮਰੀਜ਼ਾਂ ਵੱਲ ਜਾਣਗੇ ਅਤੇ ਉਹਨਾਂ ਦੀ ਹਾਲਾਤ ਜਿਹੜੇ ਆ ਉਹ ਦੇਖਣਗੇ। ਕੈਮਰਾਮੈਨ ਯੋਗੇਸ਼ ਦੇ ਨਾਲ ਸੰਜੀਵ ਮੰਗੋਤਰਾ, ਦੈਨਿਕ ਸਵੇਰਾ TV, ਬਟਾਲਾ। ਹੈਲੋ ਫਰੈਂਡਸ, ਮਾਈ ਨੇਮ ਇਜ਼ ਪ੍ਰਣੇ ਐਂਡ ਆਈ ਐਮ ਅ ਸਟੂਡੈਂਟ ਐਂਡ ਓਨਲੀ 20 ਈਅਰਸ ਓਲਡ। ਬੋਡੀਫੈਬ ਮੈਡੀਕਲ ਵੇਟ ਲੋਸ ਕਲੀਨਿਕ ਜੁਆਇਨ ਕਰਨੇ ਸੇ ਪਹਿਲੇ ਆਈ ਵਾਸ ਵੇਇੰਗ ਅਰਾਊਂਡ 106 kg। ਆਫਟਰ ਜੁਆਇਨਿੰਗ ਬੋਡੀਫੈਬ ਆਈ ਹੈਵ ਸੀਨ ਅ ਡਰਾਸਟਿਕ ਚੇਂਜ to slash down my weight to 85 kgs to lead a very healthy and active lifestyle. Right decision and join Bodyfab Medical Weight Loss Clinic. Hoya khair hua sada aj ton